ਟਾਈਟਲ ਤੁਸੀਂ ਪੜ ਲਿਆ ਕਿ ਇੱਕ ਸਿੰਘ ਜਿਹੜਾ ਬਿਨਾਂ ਲੜੇ ਸ਼ਹੀਦ ਹੋ ਗਿਆ ਉਹ ਕਿਵੇਂ ਹੋਇਆ ਇਹ ਸਾਰਾ ਤੁਹਾਨੂੰ ਇਸ ਸਾਖੀ ਦੇ ਵਿੱਚ ਪਤਾ ਲੱਗੂਗਾ ਕਹਿੰਦੇ ਮਾਝੇ ਦੇ ਇਲਾਕੇ ਦੇ ਵਿੱਚ ਨਾ ਜਦੋਂ ਖਾੜਕਪਾ ਦਾ ਦੌਰ ਸੀ ਤਾਂ ਇੱਕ ਸਿੰਘ ਜਿਹੜਾ ਸੀ ਖਾੜਕਪਾ ਦੇ ਜਥੇ ਦੇ ਨਾਲ ਰਲ ਗਿਆ ਉਹ ਜਿਹੜਾ ਸਿੰਘ ਸੀ ਨਾ ਉਹ ਬੜਾ ਨਰਮ ਦਿਲ ਸਿੰਘ ਸੀ ਬੜਾ ਸੇਵਾ ਭਾਵਨਾਵਾਂ ਵਾਲਾ ਸਿੰਘ ਸੀ ਹਰ ਇੱਕ ਆਈਗੇ ਦੀ ਸੇਵਾ ਕਰਦਾ ਸੀ ਪਰ ਜਥੇ 'ਚ ਰਲ ਲੰਦਾ ਉਹਦਾ ਕੀ ਕਾਰਨ ਸੀ ਜਥੇਜਰ ਰਾਜਨ ਦਾ ਕਾਰਨ ਇਹ ਸੀ ਕਿ ਉਹਦੇ ਘਰੇ ਇੱਕ ਭੋਰਾ ਸੀ ਤੇ ਭੋਰੇ ਦੇ ਵਿੱਚੋਂ ਨਾ ਖਾਰਕੂਆਂ ਦੇ ਹਥਿਆਰ ਫੜੇ ਗਏ। ਉਸ ਸਮਿਆਂ ਦੇ ਵਿੱਚ ਪੁਲਿਸ ਜਿਹੜੀ ਸੀ ਜਿਹਦੇ ਘਰੋਂ ਖਾਰਕੂਆਂ ਦੀ ਠਾਰ ਮਿਲਦੀ ਸੀ ਉਹਦਾ ਫਿਰ ਬਚਣਾ ਜਿਹੜਾ ਸੀ ਨਾ ਉਹ ਮੁਸ਼ਕਿਲ ਹੋ ਜਾਂਦਾ ਸੀ। ਜਾਂ ਤੇ ਉਹ ਮਾਰਿਆ ਜਾਂਦਾ ਸੀ ਜਾਂ ਫਿਰ ਉਹਦੀ ਜਿਹੜੀ ਇਨਟੈਰੋਗੇਸ਼ਨ ਹੀ ਉਹ ਇੰਨੀ ਮਾੜੀ ਕੀਤੀ ਜਾਂਦੀ ਸੀ ਉਹਦੇ ਤਸੀਹੇ ਇੰਨੇ ਦਿੱਤੇ ਜਾਂਦੇ ਸੀ ਕਿ ਉਹ ਮੁੜ ਕੇ ਚੱਲਣ ਫਿਰਨ ਜੋਗਾ ਨਹੀਂ ਸੀ ਰਹਿੰਦਾ। ਤੇ ਜਿਹੜੇ ਖਾੜਕੂਆਂ ਦਾ ਜਥੇ ਦੇ ਸਿੰਘ ਸੀ ਨਾ ਉਹਨਾਂ ਨੇ ਕਿਹਾ ਵੀ ਭਾਈ ਇਹਨੂੰ ਆਪਣੇ ਨਾਲ ਹੀ ਰੱਖ ਲੈਨੇ ਹੁਣ ਉਹ ਸਿੰਘ ਕੋ ਵੀ ਕੋਈ ਚਾਰਾ ਨਹੀਂ ਸੀ ਉਹ ਵੀ ਵਿਚਾਰਾ ਬੜਾ ਆਗਿਆਕਾਰੀ ਹੋ ਕੇ ਨਾਲ ਤੁਰ ਪਿਆ ਸੇਵਾ ਭਾਵਨਾ ਵੀ ਬੜੀ ਕਰਦਾ ਸੀ ਤੇ ਬੋਲੀ ਵੀ ਬੜੀ ਮਿੱਠੀ ਸੀ ਸਾਰਿਆਂ ਦਾ ਉਹ ਬੜਾ ਚਹੇਤਾ ਬਣ ਗਿਆ ਸਿੰਘਾਂ ਨੇ ਕਦੇ ਉਹਨੂੰ ਮਜ਼ਾਕ ਕਰਨਾ ਕਿ ਭਾਈ ਆਲਾ ਹਥਿਆਰ ਚੁੱਕ ਲਾ ਤੋ ਉਹਨੇ ਕਹਿਣਾ ਵੀ ਨਹੀਂ ਮੈਨੂੰ ਹਥਿਆਰਾਂ ਤੋਂ ਡਰ ਲੱਗਦਾ ਵੀ ਮੈਂ ਹਥਿਆਰ ਨਹੀਂ ਚੁੱਕਨੇ ਸੋ ਉਹਨਾਂ ਨੇ ਕਦੇ-ਕਦੇ ਉਹਨੂੰ ਟੀਚਰ ਕਰਨੀ ਭੀ ਜੇ ਤੈਨੂੰ ਪੁਲਿਸ ਨੇ ਫੜ ਲਿਆ ਤੇ ਫਿਰ ਕਹਿੰਦਾ ਵੀ ਮਾਰ ਨਹੀਂ ਮੇਰੇ ਤੋਂ ਚੱਲੀ ਜਾਣੀ ਜੇ ਮੈਨੂੰ ਪੁਲਸ ਨੇ ਕੁੱਟਿਆ ਨਾ ਤੇ ਮੈਂ ਤੁਹਾਡਾ ਸਾਰਿਆਂ ਦਾ ਪਤਾ ਦੱਸ ਦੇਣਾ ਵੀ ਮੇਰ ਕੋ ਮਾਰ ਨਹੀਂ ਛੱਲੀ ਜਾਣੀ ਸ਼ੁਰੂ ਸ਼ੁਰੂ ਚ ਸਿੰਘਾਂ ਨੂੰ ਲੱਗਾ ਵੀ ਮਜ਼ਾਕ ਕਰਦਾ ਪਰ ਜਿਹੜੇ ਹਸਾਬ ਨਾਲ ਉਹ ਉਹ ਇੰਨਾ ਨਰਮ ਦੇਲ ਸੀ ਨਾ ਤੇ ਸਿੰਘਾਂ ਨੂੰ ਵੀ ਲੱਗਾ ਕਿ ਨਹੀਂ ਯਾਰ ਜੇ ਵਾਕਿਆ ਹੀ ਇਹ ਫੜਿਆ ਗਿਆ ਨਾ ਤੇ ਇਹਨੇ ਇਹਦੇ ਨਾਲ ਸੰਘਰਸ਼ ਨੂੰ ਬੜੀ ਢਾਹ ਲੱਗਣੀ ਆ ਤੇ ਸਿੰਘਾਂ ਦੇ ਮਨ ਚ ਨਾ ਇੱਕ ਡਰ ਗਿਆ ਬੈਠ ਗਿਆ ਵੀ ਤੇਰੇ ਇਹ ਨਾ ਹੋਵੇ ਕਿ ਇਹ ਫੜਿਆ ਜਾਵੇ ਤੇ ਉਹਨੂੰ ਨਾ ਉਹਦੇ ਨਾਲ ਹੀ ਉਹਨੂੰ ਜਿੱਥੇ ਜਿੱਥੇ ਜਾਂਦੇ ਉਹਨੂੰ ਨਾਲ ਹੀ ਰੱਖ ਦੇ ਪਹਿਲਾਂ ਉਹ ਸੇਵਾ ਭਾਵਨਾ ਦੇ ਨਾਲ ਹੁਣ ਹਰੇਕ ਦਾ ਸਿੰਘ ਜਿਹੜਾ ਸੀ ਉਹ ਬੜਾ ਫੇਵਰੇਟ ਹੋ ਗਿਆ ਤੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਖਾੜਪਵਾਂ ਦੀਆਂ ਠਹਿਰਾਂ ਸੀ ਉਤੋਂ ਹੁਣ ਉਹ ਸ਼ਹਿਰਾਂ ਵਾਲੀਆਂ ਠਹਿਰਾਂ 'ਚ ਵੀ ਆ ਗਿਆ ਸ਼ਹਿਰਾਂ ਵਾਲੀਆਂ ਠਹਿਰਾਂ ਦੇ ਵਿੱਚ ਜਿਹੜੇ ਲੀਡਰ ਸੀ ਨਾ ਉਹ ਆ ਕੇ ਕਦੇ ਠਹਿਰਦੇ ਸੀ ਹੁਣ ਜਿਹੜੇ ਚੋਟੀ ਦੇ ਲੀਡਰ ਸੀ ਜਿਹੜੇ ਸੰਘਰਸ਼ ਨੂੰ ਅੱਗੇ ਵਧਾ ਕੇ ਚੱਲ ਰਹੇ ਸੀ ਤਾਂ ਉਹ ਉੱਥੇ ਆ ਕੇ ਠਹਿਰਦੇ ਸੀ ਤਾਂ ਇਹ ਇਹਨੂੰ ਸਾਰਿਆਂ ਦਾ ਪਤਾ ਹੋ ਗਿਆ ਇਹਨੂੰ ਪਤਾ ਲੱਗ ਗਿਆ ਕਿ ਆਹ ਜਿਹੜੇ ਸਿੰਘ ਇਹ ਮਤਲਬ ਇਸ ਜਥੇਬੰਦੀ ਦੇ ਨਾਲ ਆ ਆਹ ਸਿੰਘ ਜਿਹੜਾ ਲੀਡਰ ਆ ਮਤਲਬ ਸਾਰੀ ਇਨਫੋਰਮੇਸ਼ਨ ਜਿਹੜੀ ਸੀ ਨਾ ਸੰਘਰਸ਼ ਦੀ ਇਹਨੂੰ ਪਤਾ ਸੀ 1992 ਦੇ ਵਿੱਚ ਨਾ ਇਸ ਸੰਘਰਸ਼ ਜਿਹੜਾ ਸੀ ਨਾ ਖਾੜਕੂ ਸੰਘਰਸ਼ ਇਹ ਕਾਫੀ ਥੋੜਾ ਠੱਲਾ ਪਿਆ ਗਿਆ ਸਰਕਾਰ ਦੇ ਉੱਤੇ ਹਾਵੀ ਹੋ ਗਈ ਕਾਰਨ ਕੀ ਸੀ ਕਾਰਨ ਇਹੋ ਹੀ ਸੀ ਕਿ ਜਿਹੜੇ ਮੇਨ ਲੀਡਰ ਸੀ ਉਹ ਸ਼ਹੀਦ ਹੋ ਗਏ ਕੁਝ ਫੜੇ ਗਏ ਕਈਆਂ ਦੇ ਮੁਕਾਬਲੇ ਬਣ ਗਏ ਬੜਾ ਕੁਝ ਜਿਹੜਾ ਹੋਇਆ ਉਦੇ ਕਰਕੇ ਨਾ ਥੋੜਾ ਜਿਹਾ ਇਹ ਸੰਘਰਸ਼ ਏੜਾ ਜੀ ਨਾ ਢਿੱਲਾ ਪਿਆ ਗਿਆ ਤੇ ਜਿਹੜੇ ਬਾਕੀ ਸਿੰਘ ਸੀ ਉਹ ਵੀ ਬिखर ਗਏ ਸਿੰਘਾਂ ਦੇ ਵਿੱਚ ਨਾ ਇਹ ਬੜੀ ਬੇਜਗੀਨੀ ਜੀ ਰਹਿ ਗਈ ਕਿਉਂਕਿ ਜਦੋਂ ਤੁਹਾਡਾ ਲੀਡਰ ਜਿਹੜਾ ਸੰਘਰਸ਼ ਦੇ ਵਿੱਚ ਸ਼ਹਾਦਤ ਪਾ ਜਾਂਦਾ ਨਾ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਕੋਈ ਨਾ ਕੋਈ ਖੌਫ ਜਿਹੜਾ ਉਹ ਬਣਿਆ ਹੀ ਰਹਿੰਦਾ ਕਿ ਅੱਗੇ ਕੀ ਬਣੂਗਾ ਸੰਘਰਸ਼ ਦਾ ਹੁਣ ਜਿਹੜੇ ਸਿੰਘ ਸੀ ਇਸ ਸੇਖ ਦੇ ਨਾਲ ਰਹਿੰਦੇ ਸੀ ਤੇ ਸੰਘਰਸ਼ ਵੀ ਕਮਜ਼ੋਰ ਹੋ ਗਿਆ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਡਰ ਸੀ ਸਹਿਮ ਸੀ ਕਿ ਯਾਰ ਜੇ ਇਹ ਬੰਦਾ ਹੁਣ ਫੜਿਆ ਗਿਆ ਨਾ ਇਹ ਸੰਘਰਸ਼ ਜਿਹੜਾ ਮਾੜਾ-ਮੋਟਾ ਚੱਲਦਾ ਉਹ ਵੀ ਬਿਲਕੁਲ ਠੱਪ ਹੋ ਜਾਣਾ ਕਿਉਂਕਿ ਇਹਨੂੰ ਸਾਰਾ ਹੀ ਪਤਾ ਕਈਆਂ ਦੇ ਮੁਕਾਬਲੇ ਬਣ ਜਾਣਗੇ ਕਈ ਫੜੇ ਜਾਣਗੇ ਤੇ ਜਿਹੜਾ ਮਾੜਾ-ਮੋਟਾ ਸੰਘਰਸ਼ ਚੱਲ ਰਿਆ ਨਾ ਇਹ ਵੀ ਖਤਮ ਹੋ ਜਾਣਾ ਉਹ ਸਾਰੇ ਸਿੰਘਾਂ ਨੇ ਹਾਲਾਤਾਂ ਨੂੰ ਵੇਖਦੇ ਆ ਨਾ ਇਹ ਸਿੱਖ ਨੂੰ ਨਾ ਸਾਈਨਲ ਦੇ ਦਿੱਤੀ ਉਹਨਾਂ ਨੇ ਕਿਹਾ ਕਿ ਭਾਈ ਸਾਡਾ ਤੇ ਹੁਣ ਪਤਾ ਨਹੀਂ ਕਿ ਕਿਹੜੇ ਵੇਲੇ ਪੁਲਿਸ ਦੇ ਨਾਲ ਮੁਕਾਬਲਾ ਹੋ ਜਾਣਾ ਤੇ ਕਿਹੜੇ ਵੇਲੇ ਅਸੀਂ ਜਿਹੜੀਆਂ ਸ਼ਹੀਦੀਆਂ ਪਾ ਜਣੀਆਂ ਤੇ ਤੂੰ ਐ ਕਰੀ ਕਿ ਜੇ ਤੈਨੂੰ ਲੱਗੇ ਨਾ ਭੀ ਮਤਲਬ ਮੇਰੇ ਹੱਥ ਵਾਸੋਂ ਕੁਝ ਨਹੀਂ ਰਹਿ ਗਿਆ ਕਿ ਪੁਲਿਸ ਨੇ ਜਾਂ ਮੈਨੂੰ ਫੜ ਲੈਣ ਲੱਗੀ ਆ ਜਾਂ ਘੇਰਾ ਪੈ ਗਿਆ ਕੁਝ ਵੀ ਹੋਣ ਲੱਗਾ ਤੇ ਤੂੰ ਇਹ ਸਾਈਨਾਈਡ ਖਾ ਲਈ ਕਿਉਂਕਿ ਉਹ ਜਿਹੜੇ ਜਥੇ ਦਾ ਜਥੇਦਾਰ ਸੀ ਉਹਨੇ ਆਪਣੇ ਸਿੰਘਾਂ ਨੂੰ ਆਖਰੀ ਦਮ ਤੱਕ ਜੂਝਣ ਦੀ ਲਈ ਕਿਹਾ ਸੀ ਸਿੰਘਾਂ ਨੇ ਉਹਨੂੰ ਕਿਹਾ ਕਿ ਸਾਡੇ ਕੋਲ ਤਾਂ ਹਥਿਆਰ ਹੈਗੇ ਜੇ ਪੁਲਿਸ ਦਾ ਸਾਡੇ ਨਾਲ ਮੁਕਾਬਲਾ ਹੋਊਗਾ ਤੇ ਅਸੀਂ ਉਹਦਾ ਜਵਾਬ ਦੇਵਾਂਗੇ ਸਾਡੇ ਕੋਲ ਤਾਂ ਹਥਿਆਰ ਹੈਗੇ ਤੇ ਤੇਰੇ ਕੋਲੇ ਜਿਹੜਾ ਨਾ ਆਖਰੀ ਹਥਿਆਰ ਹੀ ਹੋਈ ਹੈ ਤੇ ਤੂੰ ਗੁਰੂ ਦਾ ਭਾਣਾ ਮੰਨ ਕੇ ਨਾ ਤੇ ਜੇ ਤੈਨੂੰ ਲੱਗੇ ਕੁਝ ਵੀ ਇਦਾਂ ਦਾ ਹੋ ਗਿਆ ਤੇ ਤੂੰ ਇਹ ਸਾਈਨੜ ਖਾ ਲਈ। ਇਹ ਗੱਲਾਂ ਕਰਕੇ ਸਿੰਘ ਜਿਹੜੇ ਸੀ ਨਾ ਉਥੋਂ ਚਲੇ ਗਏ। ਹੁਣ ਉਸ ਜਿਹੜਾ ਸਿੱਖ ਸੀ ਨਾ ਵਿਚਾਰਾ ਕੱਲਾ ਰਹਿ ਗਿਆ। ਉਹਦੇ ਕੋਲੇ ਕੋਈ ਸਾਥ ਨਹੀਂ ਰਿਹਾ। ਉਹਨੂੰ ਲੱਗਾ ਕਿ ਇਹ ਜਿਹੜਾ ਜਥੇਦਾਰ ਸੀ ਨਾ ਜਿਹੜੀਆਂ ਗੱਲਾਂ ਕਰਕੇ ਗਿਆਦਾ ਸ਼ਾਇਦ ਮੇਰੇ ਲਈ ਇਹੀ ਹਾਤਰੀ ਹੁਕਮ। ਰੈਰਾ ਸਾਹਿਬ ਦਾ ਪਾਠ ਤੋਂ ਬਾਅਦ ਰਾਤ ਨੂੰ ਸੌਣ ਲੱਗਿਆ ਉਹਨੇ ਕੀਰਤਨ ਸੋਇਲੇ ਦਾ ਪਾਠ ਕੀਤਾ। ਉਹਨੇ ਜਿਹੜੀ ਸੀ ਨਾ ਇਹ ਸਾਈਨੜ ਖਾ ਲਈ। ਤੇ ਆਪਣੇ ਜਿਹੜੀ ਸੀ ਨਾ ਸ਼ੀਦੀ ਪਾ ਗਿਆ। ਜੀ ਦੀ ਹੁਣ ਕਈਆਂ ਨੇ ਕਹਿਣਾ ਕਿ ਇਹ ਖੁਦਕੁਸ਼ੀ ਆ ਨਹੀਂ ਇਹ ਖੁਦਕੁਸ਼ੀ ਨਹੀਂ ਇੱਕ ਹੁੰਦਾ ਕਿ ਰੰ ਦੇ ਵਿੱਚ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦੀਆਂ ਪਾਉਣੀਆਂ ਇਹ ਵੀ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦੀ ਪਾਉਣ ਵਾਲੀ ਸੀ ਕਿਉਂਕਿ ਨਾ ਤਾਂ ਉਹ ਬੰਦਾ ਹਥਿਆਰ ਚਲਾਉਂਦਾ ਸੀ ਨਾ ਹੀ ਉਹ ਆਪਣੇ ਜਥੇ ਦਾ ਨੁਕਸਾਨ ਕਰਾਉਣਾ ਚਾਹੁੰਦਾ ਸੀ ਜਿੰਨਾ ਸਿੰਘਾਂ ਦੀ ਉਹ ਸੇਵਾ ਕਰਦਾ ਰਿਹਾ ਤੇ ਇਹ ਉਹਦੇ ਲਈ ਆਖਰੀ ਹੁਕਮ ਸੀ ਕਿ ਮੈਂ ਉਹਨੂੰ ਇਹ ਸੀ ਕਿ ਮੈਂ ਪੰਥ ਦਾ ਨੁਕਸਾਨ ਨਹੀਂ ਕਰਨਾ ਕਿ ਇਹ ਜਿਹੜੇ ਸਿੱਖ ਜਿਹੜੇ ਨੇ ਇਹ ਜਿਹੜੇ ਪੰਥ ਦੇ ਰਾਹ ਤੁਰੇ ਆ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਤੇ ਮੈਂ ਮੇਰੇ ਲਈ ਇਹੋ ਹੀ ਹੁਕਮ ਹੈ ਮੇਰੇ ਲਈ ਇਹੋ ਹੀ ਜੰਗ ਆ ਕਿ ਮੈਂ ਇਹ ਜਿਹੜੀ ਜੰਗ ਮੇਰੇ ਅੰਦਰ ਚੱਲ ਰਹੀ ਆ ਨਾ ਕਿ ਮੈਂ ਕਿਵੇਂ ਆਪਣੇ ਜਥੇ ਦੇ ਪ੍ਰਤੀ ਸਮਰਪਿਤ ਰਹਿਣਾ ਕਿਵੇਂ ਮੈਂ ਪੰਥ ਪ੍ਰਤੀ ਸਮਰਪਿਤ ਰਹਿਣਾ ਉਹਦੇ ਵਿੱਚ ਆਖਰੀ ਇਤਿਹਾਲ ਜਿਹੜਾ ਆਖਰੀ ਹਿੱਲ ਆ ਇਹੋ ਹੀ ਆ ਇਹ ਤਾਂ ਸਿੰਘ ਜਿਹੜਾ ਸੀ ਇਹਨਾਂ ਦੇ ਨਾਲ ਰਹਿੰਦਾ ਸੀ ਤਾਂ ਪਤਾ ਲੱਗ ਗਿਆ ਉਹ ਜੇ ਕਈ ਸਿੰਘ ਸੀ ਜਿਹੜੇ ਮਤਲਬ ਜਿਨ੍ਹਾਂ ਨੇ ਪੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਏ ਆਪਣੇ ਘਰ-ਬਾਰ ਛੱਡ ਤੇ ਤੇ ਪੰਥ ਦੇ ਲੇਖੇ ਜਿਹੜੀਆਂ ਸੀ ਆਪਣੀਆਂ ਜਾਨਾਂ ਲਾ ਦਿੱਤੀਆਂ ਇਹ ਵੀ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਤੋਂ ਘੱਟ ਨਹੀਂ ਸੀ ਜਿਹੜੇ ਸਿੰਘ ਸੀ ਉਹ ਲੜ ਕੇ ਜਿਹੜੇ ਸ਼ਹੀਦ ਹੁੰਦੇ ਸੀ ਉਹਨਾਂ ਦਾ ਪਤਾ ਲੱਗਦਾ ਸੀ ਪਰ ਇਹੋ ਜਿਹੀਆਂ ਜਿਹੜੀਆਂ ਰੱਬ ਦੀਆਂ ਰੂਹਾਂ ਸੀ ਨਾ ਉਹ ਚੁੱਪਚੀ ਤੇ ਸਹਿਜਤਾ ਨਾਲ ਆਪਣਾ ਕੰਮ ਕਰ ਦਿੰਦੀਆਂ ਸੀ ਤੇ ਨਬੇੜੇ ਤਾਂ ਫਿਰ ਉੱਥੇ ਅਮਲਾਂ ਦੇ ਹੋਣੇ ਆ ਵਾਹਿਗੁਰੂ ਦੇ ਦਰਬਾਰ ਚ ਉਹਨੂੰ ਪਤਾ ਹੀ ਆ ਮੈਂ ਆਸ ਕਰਦਾ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇਗੀ ਤੇ ਕੁਝ ਚੰਗਾ ਸਿੱਖਣ ਨੂੰ ਮਿਲਿਆ ਹੋਵੇਗਾ ਪੰਥ ਦੇ ਪ੍ਰਤੀ ਕਿੱਦਾਂ ਸਮਰਪਿਤ ਹੋਣਾ ਆਪਣੇ ਧਰਮ ਦੇ ਪ੍ਰਤੀ ਕਿੱਦਾਂ ਸਮਰਪਿਤ ਹੋਣਾ